ਦਿੱਤਾ ਜਾ ਰਿਹਾ ਸੀ ਕਿ ਜੇਕਰ ਉਹ ਡੀ ਜੀ ਪੀ ਬਣਦੇ ਹੈ ਤਾਂ ਕਿਤੇ ਨਾ ਕਿਤੇ ਵਿਰੋਧ ਦਾ ਤਾਂ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਸਰਕਾਰ ਨੂੰ, ਕਿਉਂਕਿ ਉਹਨਾਂ ਦੀ ਪਤਨੀ ਪਹਿਲਾਂ ਹੀ ਇੱਕ ਵੱਡੇ ਅਹੁਦੇ 'ਤੇ ਵਿਰਾਜਮਾਨ ਹੈ ਜਿਹਦੇ ਚੱਲਦੇ ਆ ਮੁੱਖ ਤੌਰ 'ਤੇ ਡੀ ਜੀ ਪੀ ਦੇ ਅਹੁਦੇ ਲਈ ਦਿਨਕਰ ਗੁਪਤਾ ਜਾਂ ਫਿਰ ਚੱਟੋਪਾਧਿਆ ਦੇ ਨਾਂ 'ਤੇ ਹੀ ਚਰਚਾਵਾਂ ਕਾਫੀ ਗਰਮ ਸਨ ਅਤੇ ਫਿਲਹਾਲ ਗੁਪਤਾ ਨੂੰ ਮੌਕਾ ਮਿਲਿਆ 87 ਬੈਚ ਤੋਂ ਨੇ ਅਤੇ 87 ਬੈਚ ਦੇ IPS ਆਫਿਸਰ ਨੇ ਦਿਨਕਰ ਗੁਪਤਾ, ਸੂਬੇ ਦੇ ਨਵੇਂ ਡੀ ਜੀ ਪੀ, ਪੰਜਾਬ ਦੇ ਨਵੇਂ ਡੀ ਜੀ ਪੀ ਦਿਨਕਰ ਗੁਪਤਾ ਨੂੰ ਲੈ ਕੇ ਤੁਹਾਨੂੰ ਸਵਿਖਾ ਰਹੇ। ਸੂਬੇ 'ਚ ਕਈ ਦਹਿਸ਼ਤਗਰਦੀ ਮੋਡਿਊਲਸ ਕਾਬੂ ਕੀਤੇ ਇਹਨਾਂ ਨੇ, ਇਮਾਨਦਾਰੀ ਨਾਲ ਆਪਣੀ ਡਿਊਟੀ ਅਜੇ ਤੱਕ ਉਹਨਾਂ ਨੇ ਪੂਰੀ ਕੀਤੀ ਅਤੇ ਮੁੱਖ ਮੰਤਰੀ ਦੇ ਹਲਕੇ ਨਾਲ ਸੰਬੰਧਿਤ ਨੇ। ਇਸ ਕਰਕੇ ਵੀ ਸਮਝਿਆ ਜਾ ਰਿਹਾ ਕਿ ਇਹਨਾਂ ਦੀ ਚੋਣ ਹੋਈ ਹੈ ਇਸ ਲਈ, ਪਰ UPSC ਨੇ ਵੀ ਆਪਣੇ ਵੱਲੋਂ ਇਹ ਚੋਣ ਕੀਤੀ ਹੈ ਗੁਪਤਾ ਲੈ ਕੇ। 87 ਬੈਚ ਦੇ ਨੇ IPS ਆਫਿਸਰ ਅਤੇ ਸੂਬੇ ਦੇ ਨਵੇਂ DGP ਦਾ ਅਹੁਦਾ ਹੁਣ ਸਾਂਭਣਗੇ ਇਹ। ਕੇਂਦਰ ਵੱਲੋਂ ਪੰਜਾਬ ਦੇ ਜਿਹੜੇ ਪਹਿਲਾਂ ਸਾਬਕਾ DGP ਸੀ ਸੁਰੇਸ਼ ਨੂੰ ਪਹਿਲਾਂ ਮੌਕਾ ਦਿੱਤਾ ਗਿਆ ਕਿ ਤੁਸੀਂ ਆਪਣਾ ਕਾਰਜਕਾਲ ਐਕਸਟੈਂਡ ਕਰ ਸਕਦੇ ਹੋ, ਪਰ ਉਹਨਾਂ ਨੇ ਨਾ ਕਰ ਦਿੱਤਾ ਸੀ ਕਿ ਮੈਨੂੰ ਐਕਸਟੈਂਸ਼ਨ ਨਹੀਂ ਚਾਹੀਦਾ। ਉਸ ਤੋਂ ਬਾਅਦ ਫਿਲਹਾਲ UPSC ਲਈ ਇਹ ਪੈਨਲ ਭੇਜਿਆ ਗਿਆ। ਦਿਨਕਰ ਗੁਪਤਾ ਦੀ ਫਿਲਹਾਲ ਚੋਣ ਹੋਣਗੇ ਅਤੇ ਪੰਜਾਬ ਦੇ ਨਵੇਂ DGP ਦਿਨਕਰ ਗੁਪਤਾ ਹੋਣਗੇ।